ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਇੱਕ ਵਾਰ ਜਿਹੜਾ ਮੁੜ ਤੋਂ ਗਰਮਾ ਚੁੱਕਿਆ। ਤੁਹਾਨੂੰ ਦੱਸਦੇ ਕਿ ਇੱਕ ਸੁਲਤਾਨਪੁਰ ਲੋਧੀ ਸਟੇਸ਼ਨ ਨੂੰ ਉਡਾਣ ਦੀ ਧਮਕੀ ਮਿਲੀ ਹੈ। ਜੀ ਹਾਂ, ਸੁਲਤਾਨਪੁਰ ਲੋਧੀ ਦੇ ਨਾਮ ਤੇ ਇੱਕ ਧਮਕੀ ਭਰਿਆ ਪੱਤਰ ਆਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੁਲਤਾਨਪੁਰ ਲੋਧੀ ਸਟੇਸ਼ਨ ਅਤੇ ਜਲੰਧਰ ਸਟੇਸ਼ਨ ਇਸ ਦੇ ਨਾਲ ਨਾਲ ਹੋਰਨਾ ਸਟੇਸ਼ਨ ਜਿਹੜਾ ਬੰਬ ਦੇ ਨਾਲ ਉਡਾ ਦਿੱਤਾ ਜਾਏਗਾ। ਹਾਲਾਂਕਿ ਇਹ ਪੱਤਰ ਜਿਹੜਾ ਹਿੰਦੀ ਦੇ ਵਿੱਚ ਲਿਖਿਆ ਗਿਆ ਹੈ ਤੇ ਜਿਸ ਨੇ ਲਿਖਿਆ ਹੈ ਉਹ ਆਪਣੇ ਆਪ ਨੂੰ ਅੰਤਵਾਦੀ ਸੰਗਠਨ ਦੇ ਨਾਲ ਦੱਸ ਰਿਹਾ ਹੈ। ਤੁਹਾਨੂੰ ਦੱਸਦੇ ਕਿ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਸੁਲਤਾਨਪੁਰ ਲੋਧੀ ਤੇ ਅੰਮ੍ਰਿਤਸਰ ਸਟੇਸ਼ਨ ਦੇ ਨਾਲ ਨਾਲ ਕਈ ਅਨੇਕਾਂ ਸਟੇਸ਼ਨਾਂ ਨੂੰ ਉਡਾਣ ਦੀ ਗੱਲ ਕੀਤੀ ਗਈ ਹੈ ਤੇ ਨਾਲ ਇਹ ਵੀ ਕਿਹਾ ਗਿਆ ਕਿ ਸੀਐਮ ਭਗਵੰਤ ਮਾਨ ਤੇ ਸੀਐਮ ਭਗਵੰਤ ਦੇ ਨਾਲ ਨਾਲ ਅਕਾਲੀ ਆਗੂ ਤੇ ਰਾਜਪਾਲ ਨੂੰ ਵੀ ਬੰਬ ਦੇ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ। ਇਸ ਵਕਤ ਦੀ ਜਿਹੜੀ ਵੱਡੀ ਖਬਰ ਇਹ ਹੈ ਕਿ ਇੱਕ ਧਮਕੀ ਭਰਿਆ ਪੱਤਰ ਸਾਹਮਣੇ ਆਇਆ ਹੈ ਜਿਹਦੇ ਵਿੱਚ ਇੱਕ ਗੱਲ ਕੀਤੀ ਗਈ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ, ਰਾਜਪਾਲ ਤੇ ਕਈ ਅਕਾਲੀ ਆਗੂ ਨੇ ਜਿਨ੍ਹਾਂ ਨੂੰ ਇਸ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਬੰਬ ਦੇ ਨਾਲ ਉਡਾ ਦਿੱਤਾ ਜਾਏਗਾ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਕਾਫੀ ਚੌਕਸ ਹੋ ਚੁੱਕੀ ਹੈ ਤੇ ਜਿਹੜੀਆਂ ਪਾਬੰਦੀਆਂ ਨੇ ਕਾਫੀ ਲਾਗੂ ਕਰ ਦਿੱਤੀਆਂ ਗਈਆਂ ਨੇ। ਇਸ ਵਕਤ ਪ੍ਰਸ਼ਾਸਨ ਪੂਰਾ ਜਿਹੜਾ ਜ਼ੋਰਾਂ ਸ਼ੋਰਾਂ ਦੇ ਨਾਲ ਕੰਮ ਕਰ ਰਿਹਾ ਤੇ ਹਲਚਲ ਮੱਚੀ ਹੋਈ ਹੈ। ਤੁਸੀਂ ਦੇਖ ਸਕਦੇ ਹੋ, ਜੇਕਰ ਗੱਲ ਕਰੀਏ ਤਸਵੀਰਾਂ ਦੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਜਿੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਸਾਰੇ ਪੱਤਰ ਨੂੰ ਦੇਖਦੇ ਹੋਏ ਚੌਕਸੀ ਵਧਾ ਦਿੱਤੀ ਗਈ ਹੈ। ਲੁਧਿਆਣਾ ਸ਼ਹਿਰ ਦੇ ਉੱਤੇ ਭਾਰੀ ਬਲ ਦੇ ਵਿੱਚ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਤੇ ਜਗ੍ਹਾ ਜਗ੍ਹਾ ਚੈਕਿੰਗ ਕੀਤੀ ਜਾ ਰਹੀ ਹੈ। ਕੈਮਰੇ ਨਿਗਰਾਨੀ ਰੱਖ ਰਹੇ ਨੇ ਆਉਣ ਜਾਣ ਵਾਲੇ ਮੁਸਾਫਰਾਂ ਦੇ ਤੇ ਜਿਹੜੇ ਆਉਣ ਜਾਣ ਵਾਲੇ ਮੁਸਾਫਿਰ ਨੇ ਉਹਨਾਂ ਦੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਚੰਗੀ ਤਰ੍ਹਾਂ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਲੋਕਾਂ ਨੂੰ ਇਹ ਵੀ ਸੂਚਿਤ ਕੀਤਾ ਜਾ ਰਿਹਾ ਜੇਕਰ ਕਿਸੇ ਨੂੰ ਕੋਈ ਅਣਜਾਣ ਵਸਤੂ ਮਿਲਦੀ ਹੈ ਤਾਂ ਤੁਰੰਤ ਜਿਹੜਾ ਪੁਲਿਸ ਨੂੰ ਇਤਲਾਹ ਕੀਤਾ ਜਾਏ ਤੇ ਪੁਲਿਸ ਉਸ ਤੇ ਉੱਤੇ ਆ ਕੇ ਜਿਹੜੀ ਇਨਕੁਆਇਰੀ ਕਰੇਗੀ। ਐਵੇਂ ਕਿਸੇ ਵੀ ਜਿਹੜੀ ਵਸਤੂ ਮਿਲਦੀ ਹੈ ਤਾਂ ਉਸਨੂੰ ਹੱਥ ਨਾ ਲਾਇਆ ਜਾਵੇ, ਸਿੱਧਾ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਜਾਏ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਜਾਏਗੀ। ਤੁਹਾਨੂੰ ਦੱਸ ਦਈਏ ਇੱਕ ਪੱਤਰ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਸੀਐਮ ਭਗਵੰਤ ਮਾਨ ਅਤੇ ਰਾਜਪਾਲ ਤੇ ਕਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ। ਇਹਦੇ ਨਾਲ ਨਾਲ ਇੱਕ ਸੁਲਤਾਨਪੁਰ ਲੋਧੀ ਸਟੇਸ਼ਨ ਦੇ ਨਾਲ ਨਾਲ ਹੋਰ ਅਨੇਕਾਂ ਸਟੇਸ਼ਨਾਂ ਨੂੰ ਉਡਾਣ ਦੀ ਵੀ ਗੱਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਭੱਬਾ ਪਾਰ ਹੋ ਚੁੱਕਿਆ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਗਣਤੰਤਰ ਦਿਵਸ ਵੀ ਜਿਹੜਾ ਨੇੜੇ ਆ ਰਿਹਾ, ਗਣਤੰਤਰ ਦਿਵਸ ਨੂੰ ਲੈ ਕੇ ਵੀ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਕਿ ਜਿਹੜੇ ਮੁਸਾਫਰ ਨੇ ਜਾਂ ਫਿਰ ਜੋ ਵੀ ਸਫ਼ਰ ਕਰ ਰਹੇ ਨੇ ਕਿਸੇ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਨਾ ਹੋ ਸਕਣ। ਇਸ ਦੇ ਨਾਲ ਹੀ ਪੁਲਿਸ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਨੇ, ਛਾਪੇ ਲਾਏ ਜਾ ਰਹੇ ਨੇ, ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਮੁਸਾਫਿਰ ਆ ਜਾ ਰਹੇ ਨੇ ਉਹਨਾਂ ਦੀ ਚੈਕਿੰਗ ਕਰੀ ਜਾ ਰਹੀ ਹੈ ਤੇ ਉਹਨਾਂ ਨੂੰ ਸੂਚਿਤ ਕੀਤਾ ਜਾ ਰਿਹਾ ਕਿ ਜੇਕਰ ਕੋਈ ਵੀ ਅਜਿਹੀ ਚੀਜ਼ ਮਿਲਦੀ ਹੈ, ਅਜਿਹੀ ਵਸਤੂ ਮਿਲਦੀ ਹੈ ਜਿਹਨੂੰ ਉਹ ਨਹੀਂ ਜਾਣਦੇ ਤਾਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਆ ਕੇ ਇਤਲਾਹ ਦੇਣ। ਇਸ ਦੇ ਨਾਲ ਹੀ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ, ਜਗ੍ਹਾ ਜਗ੍ਹਾ ਤੇ ਪੁਲਿਸ ਫੋਰਸ ਇਕੱਠੀ ਕਰ ਦਿੱਤੀ ਗਈ ਹੈ। ਪੁਲਿਸ ਫੋਰਸ ਆਪਣਾ ਪੈਰਾ, ਕੜਕ ਪੈਰਾ ਦੇ ਰਹੀ ਹੈ ਆਪਾਂ ਕਹਿ ਸਕਦੇ ਹਾਂ ਤੇ ਨਾਲ ਹੀ ਪੁਲਿਸ ਫੋਰਸ ਦੇ ਵੱਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਕਿ ਕੋਈ ਵੀ ਜਿਹੜੀ ਅਣਗਹਿਲੀ ਨਾ ਵਰਤੀ ਜਾਏ ਤੇ ਨਾ ਹੀ ਅਣਗਹਿਲੀ ਵਰਤੀ ਜਾਏ ਤੇ ਨਾ ਹੀ ਕੋਈ ਅਣਸੁਖਾਲੀ ਘਟਨਾ ਜਿਹੜੀ ਵਾਪਰ ਸਕੇ। ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕਾਫੀ ਜ਼ਿਆਦਾ ਸਖ਼ਤ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਫਿਰ ਇੱਕ ਗੱਲ ਕਰੀਏ ਜੇ ਪੱਤਰ ਦੀ, ਇਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਸਟੇਸ਼ਨ ਸੁਲਤਾਨਪੁਰ ਲੋਧੀ ਦਾ ਸਟੇਸ਼ਨ, ਲੁਧਿਆਣਾ ਸਟੇਸ਼ਨ, ਜਲੰਧਰ ਸਟੇਸ਼ਨ ਅਤੇ ਅਨੇਕਾਂ ਸਟੇਸ਼ਨਾਂ ਦੇ ਨਾਲ ਨਾਲ ਸੀਐਮ ਭਗਵੰਤ ਮਾਨ, ਰਾਜਪਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੂੰ ਜਿਹੜਾ ਧਮਕੀ ਦਿੱਤੀ ਹੈ, ਮਾਰਨ ਦੀ ਧਮਕੀ ਦਿੱਤੀ ਹੈ, ਬੰਬ ਦੇ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਕਾਫੀ ਜ਼ਿਆਦਾ ਚੌਕਸ ਹੋ ਚੁੱਕਿਆ ਹੈ। ਤੁਹਾਨੂੰ ਇਸ ਦੇ ਨਾਲ ਨਾਲ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਤਸਵੀਰਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਕਿਵੇਂ ਧਿਆਨ ਦਿੱਤਾ ਜਾ ਰਿਹਾ ਤੇ ਲੁਧਿਆਣਾ ਸਟੇਸ਼ਨ ਦੇ ਉੱਤੇ ਕਿਵੇਂ ਸਖ਼ਤੀ ਕਰਕੇ ਸਾਰੇ ਮੁਸਾਫਰਾਂ ਦਾ ਧਿਆਨ ਦਿੱਤਾ ਜਾ ਰਿਹਾ, ਧਿਆਨ ਰੱਖਿਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਨਾਲ ਹੀ ਸਾਰੇ ਮੁੱਦੇ ਤੇ ਪੁਲਿਸ ਅਧਿਕਾਰੀ ਦੇ ਕੀ ਕੁਝ ਕਹਿ ਰਹੇ ਤੁਹਾਨੂੰ ਸੁਣਾਉਂਦੇ ਆ। ਜਿਸ ਤਰ੍ਹਾਂ ਦੇ ਨਾਲ ਇਹ ਧਮਕੀ ਭਰਿਆ ਪੱਤਰ ਆਇਆ ਸੁਲਤਾਨਪੁਰ ਲੋਧੀ ਦੇ ਵਿੱਚ, ਪੰਜਾਬ ਦੇ ਮੁੱਖ ਮੰਤਰੀ, ਗਵਰਨਰ, ਪੰਜਾਬ ਦੇ ਰੇਲਵੇ ਸਟੇਸ਼ਨ ਨੂੰ ਉਡਾਣ ਦੀ ਧਮਕੀ ਮਿਲੀ ਹੈ, ਤੁਸੀਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਕਿਹੋ ਜਿਹੀ ਸੁਰੱਖਿਆ ਕੀਤੀ ਹੈ? ਅਸੀਂ ਸਾਡੇ ਸੁਰੱਖਿਆ ਪ੍ਰਬੰਧ ਤਾਂ ਜੀ ਪਹਿਲਾਂ ਤੋਂ ਹੀ ਬਹੁਤ ਮਜ਼ਬੂਤ ਚੱਲ ਰਹੇ ਹੈ ਅਤੇ ਅਸੀਂ ਜਦੋਂ ਅਕਾਲ ਦਾ ਲੈਟਰ ਆਇਆ ਉਸ ਤੋਂ ਬਾਅਦ ਅਸੀਂ ਹੋਰ ਚੈਕਿੰਗ ਵਧਾ ਦਿੱਤੀ ਜੀ। ਅਸੀਂ ਪ੍ਰੋਪਰ ਚੈੱਕ ਕਰ ਰਹੇ ਹਾਂ ਅਤੇ ਲੋਕਾਂ ਦੀ ਸੁਰੱਖਿਆ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਜੀ, ਸਾਡੀ ਫਸਟ ਰਿਸਪੋਂਸੀਬਿਲਟੀ ਜਾਨ ਮਾਲ ਦੀ ਸੁਰੱਖਿਆ ਜੀ, ਅਤੇ ਇਸ ਕਰਕੇ ਆ ਚੱਲ ਰਿਹਾ ਤੁਹਾਡੇ ਸਾਹਮਣੇ। ਕਿੰਨੇ ਕਿੰਨੇ ਸੀਸੀਟੀਵੀ ਕੈਮਰੇ ਲੱਗੇ ਆ ਕਿ? ਸਾਡੇ ਕੋਲ ਜੀ ਟੋਟਲ 118 ਕੈਮਰੇ ਹੈ, ਜਿਹਦੇ ਵਿੱਚ RPF ਦੇ ਵੀ ਹੈ, GRP ਦੇ ਵੀ ਹੈ, ਕਮਿਸ਼ਨਰੇਟ ਲੁਧਿਆਣਾ ਦੇ ਵੀ ਨੇ ਅਤੇ ਅਲੱਗ ਅਲੱਗ ਉਹਨਾਂ ਦੇ। ਲੋਕਾਂ ਨੂੰ ਕੀ ਅਪੀਲ ਕਰੋਗੇ, ਲਵਾਰਿਸ ਚੀਜ਼ਾਂ ਅਲੋਸਮੈਂਟ ਕਰਦੇ ਹੋ ਰੇਲਵੇ ਸਟੇਸ਼ਨ ਤੇ? ਲੋਕਾਂ ਨੂੰ ਇਹੀ ਅਪੀਲ ਹੈ, ਕੋਈ ਵੀ ਲਵਾਰਿਸ ਵਸਤੂ ਦਿਖਦੇ ਹੀ ਫੌਰਨ ਪੁਲਿਸ ਨੂੰ ਇਤਲਾਹ ਦੇਣੀ ਹੈ ਜੀ, ਅਤੇ ਅਸੀਂ ਜਗ੍ਹਾ ਜਗ੍ਹਾ ਆਪਣੇ ਪੁਲਿਸ ਹੈਲਪਲਾਈਨ ਨੰਬਰ ਵੀ ਲਾਏ ਹੋਏ ਹੈ ਅਤੇ
अच्छा मुलाजम किन्ने तैनात है रात में दिन में? साढ़े को 15 to 20 मुलाजम एक शिफ्ट हर वक्त तैनात रहते हैं रेलवे स्टेशन लुधियाना। जिस जो तो लैटर मिली है कल चिट्ठी मिली है सुल्तानपुर लोधी रेलवे स्टेशन तो उस तो बाद किन्नी को तुसी चुकन्ने हो गए थे लगातार चेकिंग कर रहे हैं? साड़ी चेकिंग ता जी 24 घंटे लगातार ही चलती है। उस तो बाद असी सारे नो नोट कराता जिन्हें भी साढ़े पुलिस परसनस ने ते लोगों नो भी ते टाइमली असी अनाउंस जरूर करवा रहे हैं कि लोग अपनी सुरक्षा का ध्यान रखें।